ਸਾਡੀ ਇਲੈਕਸ਼ਨ ਜਿਹੜੀ ਆ 6 ਨਵੰਬਰ ਨੂੰ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਹੋ ਰਹੀ ਹੈ ਸਾਰੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ। ਅਸੀਂ ਤਿਆਰੀਆਂ ਪੂਰੀਆਂ ਮੁਕੰਮਲ ਕੀਤੀਆਂ ਨੇ, ਸਾਡੇ ਕੋਲ 1803 ਵੋਟਰ ਨੇ ਆਪਣੇ ਸਤਿਕਾਰਯੋਗ ਸਾਰੇ ਵਕੀਲ ਸਾਹਿਬਾਨ ਜਿਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਉਸ ਦਿਨ। ਅਸੀਂ ਬੜੀ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਸਾਰੇ ਪ੍ਰਬੰਧ, ਦਿਸ਼ਾ ਨਿਰਦੇਸ਼ ਚੇਅਰਮੈਨ ਸਾਹਿਬ ਦੇ, ਬਾਰ ਕੌਂਸਲ ਅਤੇ ਅਸੀਂ ਉਹਨਾਂ ਦੀ ਪਾਲਣਾ ਕਰ ਰਹੇ ਹਾਂ ਅਤੇ ਜਿਹੜੀ ਵੀ ਨਵੀਂ ਕੋਈ ਗਾਈਡਲਾਈਨ ਆਉਂਦੀ ਆ ਉਹਨੂੰ ਅਸੀਂ ਡਿਸਪਲੇ ਵੀ ਕਰਦੇ ਹਾਂ ਅਤੇ ਉਹਨੂੰ ਲਾਗੂ ਕਰਾਉਣ ਦਾ ਵੀ ਯਤਨ ਕਰ ਰਹੇ ਹਾਂ ਪੂਰੀ ਤੌਰ 'ਤੇ। ਹਾਂਜੀ, ਨਹੀਂ ਜੀ, ਉਹ ਮੇਰੇ ਵੱਲੋਂ ਪਾਬੰਦੀ ਨਹੀਂ, ਉਹ ਬਾਰ ਕੌਂਸਲ ਵੱਲੋਂ ਹੀ ਸਾਰੀ ਗਾਈਡਲਾਈਨ ਆ ਰਹੀਆਂ ਨੇ ਜਿਹੜੀ ਬਾਰ ਕੌਂਸਲ ਨੇ ਸਾਨੂੰ ਗਾਈਡਲਾਈਨ ਦਿੱਤੀ ਆ। ਵੈਸੇ ਤਾਂ ਇਸ ਪੜ੍ਹੀ ਲਿਖੀ ਜਮਾਤ ਦੇ ਵਿੱਚ ਇਹ ਗੱਲ ਬਣਦੀ ਨਹੀਂ ਕਿ ਅਸੀਂ ਵੋਟ ਜਿਹੜੀ ਸ਼ਰਾਬ ਪੀ ਕੇ ਪਾਈਏ, ਅਤੇ ਮੇਰੀ ਸਾਰੇ ਵਕੀਲ ਸਾਹਿਬਾਨ ਨੂੰ ਵੀ ਬੇਨਤੀ ਹੈ ਕਿ ਇਹ ਜਿਹੜੀ ਇਲੈਕਸ਼ਨ ਹੈ ਆਪਾਂ ਸਾਰਾ ਸਾਲ ਹਰ ਬੰਦਾ ਹੀ ਘਰੋਂ ਰੋਟੀ ਖਾਂਦਾ ਹੈ, ਹਰ ਬੰਦਾ ਵਧੀਆ ਆਪਣੇ ਤਰੀਕੇ ਨਾਲ ਆਉਂਦਾ ਹੈ, ਵਧੀਆ ਕੱਪੜੇ ਪਾਉਂਦਾ ਹੈ, ਅਤੇ ਇਹ ਇਲੈਕਸ਼ਨ ਬੜੀ ਫੇਅਰ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਬਾਰ ਦੇ ਵੈਲਫੇਅਰ ਵਾਸਤੇ, ਸਾਡੀ ਐਸੋਸੀਏਸ਼ਨ ਜਿਹੜੀ ਆ ਇਸ ਕੰਮ ਵਾਸਤੇ ਅਸੀਂ ਬਣਾਉਂਦੇ ਹਾਂ ਕਿ ਅਸੀਂ ਵਕੀਲਾਂ ਦੀ ਵੈਲਫੇਅਰ ਕਰ ਸਕੀਏ ਅਤੇ ਕਾਨੂੰਨ ਜਿਹਨੂੰ ਅਸੀਂ ਕਾਨੂੰਨ ਦੇ ਰਾਖੇ ਹਾਂ ਅਤੇ ਕਾਨੂੰਨ ਨੂੰ ਲਾਗੂ ਕਰਨਾ ਸਾਡੀ ਟੀਮ ਚੁਣ ਸਕੀਏ। ਬਿਲਕੁਲ, ਉਹਦੀ ਮੈਂ ਡਿਸਪਲੇ ਕਰਤੇ ਨੋਟਸ ਵੀ ਲਾਤਾ, ਪਹਿਲੇ ਦਿਨ ਤੋਂ ਹੀ ਨੋਟਿਸ ਲਾਇਆ ਹੋਇਆ ਕਿ ICMR ਦੀਆਂ ਜਿਹੜੀਆਂ ਹਦਾਇਤਾਂ ਨੇ, ਜੋ ਵੀ ਸਾਨੂੰ ਮੈਡੀਕਲ ਵੱਲੋਂ ਆ ਰਹੀਆਂ ਨੇ ਹਦਾਇਤਾਂ ਨੇ, ਅਸੀਂ ਉਹਨਾਂ ਦਾ ਇਨ ਬਿਨ ਪਾਲਣ ਕਰਾਂਗੇ ਅਤੇ ਉਸ ਪਾਲਣ ਦੇ ਤਹਿਤ ਹੀ ਅਸੀਂ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਫਾਲੋ ਕਰ ਰਹੇ ਹਾਂ। ਉਹਦੇ ਵਾਸਤੇ ਅਸੀਂ ਜਿਹੜੇ ਅੱਗੇ ਸਾਡੇ 3 ਬੂਥ ਬਣਦੇ ਸੀਗੇ, ਇਸ ਬਾਰੇ ਅਸੀਂ 9 ਬੂਥਾਂ ਦਾ ਅਰੇਂਜ ਕੀਤਾ ਹੈ। ਸਾਨੂੰ ਟੀਮਾਂ ਵੀ ਵਧਾਉਣੀਆਂ ਪਈਆਂ, ਸਾਨੂੰ ਵਕੀਲਾਂ ਸਾਹਿਬਾਨਾਂ ਦਾ ਆਪਣਾ ਜਿਹੜਾ RO ਦੀ ਟੀਮ ਹੈ, ਵੱਡੀ ਟੀਮ ਕਰਨੀ ਪਈ ਹੈ, 27-28 ਬੰਦਿਆਂ ਦੀ ਟੀਮ ਹੈ ਜਿਹੜੀ ਇਲੈਕਸ਼ਨ ਕਰਾਊਗੀ, ਅਤੇ ਅਸੀਂ ਬੂਥ ਵੀ 9 ਬਣਾ ਦਿੱਤੇ ਨੇ ਇਸੇ ਕਰਕੇ। ਉਹ ਉਹਨਾਂ ਦੀ ਪਾਲਣਾ ਕਰਨ ਵਾਸਤੇ ਹੀ ਅਸੀਂ ਇਹ ਜਿਹੜਾ ਬੂਥਾਂ ਦੀ ਗਿਣਤੀ ਵਧਾਈ ਹੈ। ਸਰ, ਸੀਨੀਅਰ ਸਿਟੀਜ਼ਨਸ ਵਾਸਤੇ ਕੀ ਇਹੋ ਜਿਹੇ ਮਤਲਬ ਜਿਹੜੇ ਉਹ ਸੀਨੀਅਰ ਸਿਟੀਜ਼ਨ ਵਾਸਤੇ ਔਰ ਲੇਡੀਜ਼ ਵਾਸਤੇ ਅਸੀਂ ਪ੍ਰਬੰਧ ਕੀਤਾ ਹੈ ਕਿ 1 ਘੰਟਾ ਅਸੀਂ ਇਲੈਕਸ਼ਨ ਦਾ ਟਾਈਮ ਵੀ ਵਧਾ ਦਿੱਤਾ ਹੈ। ਅਸੀਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੀਨੀਅਰ ਸਿਟੀਜ਼ਨ ਜਿਹੜੇ ਇਕੱਲੇ ਆ ਸਕਦੇ ਆ, ਵੋਟ ਪਾ ਸਕਦੇ ਆ, ਉਹ 10 ਵਜੇ ਤੱਕ 2 ਘੰਟੇ ਅਸੀਂ ਉਹਨਾਂ ਦੀ ਲੇਡੀਜ਼ ਅਤੇ ਉਹਨਾਂ ਦੀ ਵੋਟ ਪਵਾਵਾਂਗੇ, 10 ਵਜੇ ਬਾਕੀ ਵੋਟਾਂ ਸ਼ੁਰੂ ਕਰਾਵਾਂਗੇ।